15-20 ਸਾਲ ਤੋਂ ਰਹਿ ਰਿਹਾ ਜੀ ਇਹ ਪਰਿਵਾਰ। ਬਹੁਤ ਮਾੜੇ ਹਾਲਾਤ ਆ ਜੀ ਇਹਨਾਂ ਦੇ, ਸਿਰ 'ਤੇ ਛੱਤ ਨਹੀਂ ਹੈਗੀ, ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ, ਕੋਈ ਇਹਨਾਂ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ। ਸਿਆਣੇ ਕਹਿੰਦੇ ਨੇ ਕਿ ਜਿਹੜਾ ਘਰ ਦੇਖਿਆ ਨਹੀਂ ਉਹੀ ਚੰਗਾ, ਪਰ ਉਹਨਾਂ ਲੋਕਾਂ ਦਾ ਕੀ ਜਿਨ੍ਹਾਂ ਕੋਲ ਘਰ ਹੀ ਨਹੀਂ, ਉਹਨਾਂ ਦਾ ਕੋਈ ਕੀ ਦੇਖ ਕੇ ਕਹਿੰਦਾ ਹੋਵੇਗਾ ਕਿ ਚੰਗੇ ਨੇ। ਤੁਹਾਨੂੰ ਅਜਿਹੇ ਹੀ ਪਰਿਵਾਰ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਕੋਲ ਆਪਣਾ ਘਰ ਕਦੇ ਹੈ ਹੀ ਨਹੀਂ ਸੀ। ਤਸਵੀਰਾਂ ਦੇਖ ਕੇ ਤੁਸੀਂ ਸੋਚਦੇ ਹੋਵੋਗੇ ਕਿ ਪਰਿਵਾਰ ਕੋਲ ਘਰ ਹੈ, ਜਿੱਥੇ ਪਰਿਵਾਰ ਰਹਿ ਰਿਹਾ ਹੈ, ਖੁੱਲ੍ਹਾ ਵਿਹੜਾ ਹੈ, ਬੈਂਚ ਲੱਗੇ ਨੇ, ਪਰ ਨਹੀਂ ਜਨਾਬ, ਇਹ ਘਰ ਨਹੀਂ ਸਗੋਂ ਪਿੰਡ ਦਾ ਸ਼ਮਸ਼ਾਨ ਘਾਟ ਹੈ। ਹਾਂ, ਤੁਸੀਂ ਠੀਕ ਸੁਣਿਆ, ਇਹ ਪਿੰਡ ਦੀਆਂ ਮੜੀਆਂ ਨੇ ਜਿੱਥੇ ਇਹ ਗਰੀਬ ਪਰਿਵਾਰ ਕਰੀਬ 15-20 ਸਾਲ ਤੋਂ ਦਿਨ ਲੰਘਾ ਰਿਹਾ ਹੈ। ਛੋਟਾ ਜਿਹਾ ਕੋਠਾ ਬਣਿਆ ਹੋਇਆ, ਉਹ ਵੀ ਹੁਣ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਇਹ ਪਰਿਵਾਰ ਅੰਮ੍ਰਿਤਸਰ ਦੇ ਪਿੰਡ ਮੋਹਕਮਪੁਰਾ 'ਚ ਜ਼ਿਮੀਦਾਰਾਂ ਦੇ ਸ਼ਮਸ਼ਾਨ ਘਾਟ 'ਚ ਰਹਿਣ ਨੂੰ ਮਜਬੂਰ ਹੈ। ਇਲਾਕਾ ਵਾਸੀਆਂ ਮੁਤਾਬਕ ਪੀੜਤ ਪਰਿਵਾਰ 'ਚ ਕੋਈ ਵੀ ਕਮਾਉਣ ਵਾਲਾ ਨਹੀਂ। ਇੱਕ ਬਜ਼ੁਰਗ ਮਾਤਾ ਹੈ ਜੋ ਲੰਮੇ ਸਮੇਂ ਤੋਂ ਮੰਜੇ ਨੂੰ ਲੱਗੀ ਹੋਈ ਹੈ। ਇੱਕ ਨੂੰਹ ਹੈ, ਉਸ 'ਤੇ ਵੀ ਰੱਬ ਦੀ ਅਜਿਹੀ ਮਾਰ ਪਈ ਕਿ ਨਾ ਉਹ ਬੋਲ ਸਕਦੀ ਹੈ ਅਤੇ ਨਾ ਹੀ ਸੁਣ ਸਕਦੀ ਹੈ। ਲਿਹਾਜ਼ਾ ਪਰਿਵਾਰ ਦੋ ਵਕਤ ਛੱਡੋ, ਇੱਕ ਵਕਤ ਦੀ ਰੋਟੀ ਖਾਣ ਤੋਂ ਵੀ ਮੁਹਤਾਜ ਹੈ। ਇਹਨਾਂ ਨੂੰ ਭਾਜੀ 15-20 ਸਾਲ ਹੋ ਚੱਲੇ ਆ ਇਹਨਾਂ ਨੂੰ ਇੱਥੇ ਰਹਿੰਦਿਆਂ, ਅਤੇ ਪਹਿਲੇ ਬਾਬਾ ਜੀ ਹੈਗੇ ਸੀ ਉਹ ਕੁਛ ਕਮਾਉਂਦੇ ਸੀ ਅਤੇ ਇਹਨਾਂ ਦਾ ਘਰ ਚੱਲਦਾ ਜਾਂਦਾ ਸੀ। ਜਦੋਂ ਦੀ ਉਹਨਾਂ ਦੀ ਡੈਥ ਹੋ ਗਈ, ਉਹਨਾਂ ਤੋਂ ਬਾਅਦ 'ਚੋਂ ਮਾਈ ਮਾਤਾ ਦੇ ਵੀ ਹਾਲਾਤ ਖਰਾਬ ਹੋ ਗਏ। ਇੱਕ ਗੁੜੀਆ ਸੀ ਉਹ ਮੁਹੱਲੇ ਵਾਲਿਆਂ ਨੇ ਵਿਆਹ ਕਰਕੇ ਉਹਨੂੰ ਭੇਜ ਦਿੱਤਾ ਆਪਣੇ ਘਰ। ਹੁਣ ਇਹਨਾਂ ਦੀ ਜਿਹੜੀ ਨੂੰਹ ਸੀ ਉਹ ਇਹਨਾਂ ਦਾ ਘਰ ਵਾਲਾ ਵੀ ਚਲੇ ਗਿਆ ਹੋਇਆ ਵਾ। ਹਾਂਜੀ, ਉਹ ਵੀ ਨਹੀਂ ਇੱਥੇ ਰਹਿੰਦਾ, ਉਹਨੂੰ ਘੱਟੋ ਘੱਟ 2-2.5 ਸਾਲ ਹੋ ਚੱਲੇ ਆ। ਬਹੁਤ ਭਾਜੀ ਮੁਸ਼ਕਿਲ ਹੈਗੀ, ਜੇ ਕੋਈ ਦੇ ਜਾਂਦਾ ਕੋਈ ਇਹਨਾਂ ਦਾ ਚੱਲਦਾ ਜਾਂਦਾ ਵਾ, ਜਦੋਂ ਕੋਈ ਨਹੀਂ ਦਿੰਦਾ ਵਿਚਾਰੇ ਬੈਠੇ ਰਹਿੰਦੇ ਉਸ ਤਰ੍ਹਾਂ ਹੀ। ਹਾਂਜੀ, ਇਹ 5 ਜੀ ਆ ਭਾਜੀ ਟੋਟਲ। ਭਾਜੀ ਇਹਨਾਂ ਦੀ ਛੱਤ ਦਾ ਬਹੁਤ ਬੁਰਾ ਹਾਲ ਹੈ, ਛੱਤ ਡਿੱਗਣ ਵਾਲੀ, ਪਤਾ ਨਹੀਂ ਕਦੋਂ ਡਿੱਗ ਸਕਦੀ ਜੇ, ਕਿਉਂਕਿ ਇਹ ਵਿਚਾਰੇ ਬਹੁਤ ਪਰੇਸ਼ਾਨ ਹੈਗੇ ਛੱਤ ਤੋਂ ਵੀ, ਨਾ ਇਹਨਾਂ ਦੇ ਬਾਥਰੂਮ ਹੈਗਾ, ਬਹੁਤ ਪਰੇਸ਼ਾਨ ਹੈਗੇ। ਸ਼ਮਸ਼ਾਨ ਘਾਟ 'ਚ ਰਹਿਣ ਨੂੰ ਮਜਬੂਰ ਪਰਿਵਾਰ ਪਰੇਸ਼ਾਨ ਹੈ, ਉੱਥੇ ਹੀ ਕੁਝ ਨਰਮ ਦਿਲ ਪਿੰਡ ਵਾਸੀ ਵੀ ਇਸ ਪਰਿਵਾਰ ਦੀ ਹਾਲਤ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਨੇ, ਜਿਨ੍ਹਾਂ ਨੇ ਦਾਨੀ ਸੱਜਣਾਂ ਨੂੰ ਪੀੜਿਤ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਹੈ ਤਾਂ ਕਿ ਗਰੀਬ ਪਰਿਵਾਰ ਦੀ ਹਾਲਤ ਥੋੜ੍ਹੀ ਬਹੁਤ ਸੁਧਾਰੀ ਜਾ ਸਕੇ। ਪ੍ਰਕਾਸ਼ ਸਿੰਘ ਜੀ, ਪ੍ਰਕਾਸ਼ ਸਿੰਘ ਜੀ ਕਿਹੜਾ ਇਲਾਕਾ ਹੈ?
ਇਹ ਜੀ ਮੁਕਮਪੁਰਾ ਜੀ ਜੱਟਾਂ ਦੀਆਂ ਮੜੀਆਂ ਦਾ ਕਰਕੇ ਜਾਣੀਆਂ ਜਾਂਦੀਆਂ ਨੇ। ਇਹ 15-20 ਸਾਲ ਤੋਂ ਰਹਿ ਰਿਹਾ ਜੀ ਇਹ ਪਰਿਵਾਰ, ਤੇ ਬਹੁਤ ਮਾੜੇ ਹਾਲਾਤ ਆ ਜੀ ਇਹਨਾਂ ਦੇ। ਸਿਰ 'ਤੇ ਛੱਤ ਨਹੀਂ ਹੈਗੀ, ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ, ਕੋਈ ਇਹਨਾਂ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ। ਇੱਕ ਮਾਈ ਹੈਗੀ ਆ, ਉਹ 100 ਸਾਲ ਦੇ ਉੱਪਰ ਹੋਣੀ ਆ, ਅਤੇ ਇੱਕ ਉਹਨਾਂ ਦੀ ਨੂੰਹ ਹੈਗੀ ਆ, ਉਹ ਜੋ ਸੁਣ ਨਹੀਂ ਸਕਦੀ ਨਾ ਉਹ ਬੋਲ ਸਕਦੀ ਆ। ਇਸ ਤਰ੍ਹਾਂ ਕੋਈ ਇਹਨਾਂ ਦਾ ਰੋਟੀ ਪਾਣੀ ਦਾ ਇਸ ਤਰ੍ਹਾਂ ਚੱਲਦਾ ਕਿ ਵੀ ਕੋਈ ਆਂਢ ਗੁਆਂਢ ਕੋਈ 100 ਦਾ, ਕੋਈ 50 ਦਾ, ਕੋਈ 500 ਦੇਣ ਵਾਲਾ ਵੀ ਹੈਗਾ ਵਾ। ਇਸ ਤਰੀਕੇ ਨਾਲ ਇਹਨਾਂ ਦਾ ਰੋਟੀ ਪਾਣੀ ਚੱਲਦਾ ਵਾ। ਇਹ ਛੱਤ ਇਹਨਾਂ ਦੀ ਬਿਲਕੁਲ ਡਿੱਗਣ ਵਾਲੀ ਆ, ਅਤੇ ਕੋਈ ਅਸੀਂ ਮੰਗ ਸਾਡੀ ਮੰਗ ਇਹ ਹੈਗੀ ਆ ਕਿ ਇਹਨਾਂ ਦਾ ਕੋਈ ਸਿਰ 'ਤੇ ਛੱਤ ਹੋ ਜੇ, ਹੈਂ, ਕੋਈ ਕਮਰਾ ਪੈ ਜੇ, ਕੋਈ ਬਾਥਰੂਮ ਇਸ ਤਰ੍ਹਾਂ ਕੋਈ ਲਾਗੇ ਬਣ ਜੇ, ਅਤੇ ਬਹੁਤ ਵਧੀਆ ਗੱਲ ਆ। ਤਾਂ ਇਸ ਪਰਿਵਾਰ ਨੂੰ ਦੇਖ ਕੇ ਦੋ ਗੱਲਾਂ ਦਿਮਾਗ 'ਚ ਹਥੌੜੇ ਵਾਂਗੂ ਵੱਜ ਰਹੀਆਂ ਨੇ। ਪਹਿਲੀ ਇਹ ਕਿ ਕੀ ਅਜਿਹੇ ਪਰਿਵਾਰਾਂ ਦੀ ਮਦਦ ਪਿੰਡ ਵਾਸੀ ਮਿਲ ਜੁਲ ਕੇ ਨਹੀਂ ਕਰ ਸਕਦੇ, ਵਿਆਹ 'ਤੇ ਫਜ਼ੂਲ ਖਰਚੀ, ਹੋਰ ਛੋਟੇ ਵੱਡੇ ਪ੍ਰੋਗਰਾਮਾਂ 'ਤੇ ਲੱਖਾਂ ਲਾਉਣ ਨਾਲੋਂ ਕਿ ਅਜਿਹੇ ਪਰਿਵਾਰ ਲਈ ਇੱਕ ਕਮਰਾ ਨਹੀਂ ਬਣਾਇਆ ਜਾ ਸਕਦਾ। ਅਤੇ ਦੂਜੀ ਕਿ ਕੀ ਜਿਹੜੀ ਗ੍ਰਾਂਟ ਨਾਲ ਇੰਨਾ ਸ਼ਾਨਦਾਰ ਅਤੇ ਆਲੀਸ਼ਾਨ ਸ਼ਮਸ਼ਾਨ ਘਾਟ ਉਸਾਰਿਆ ਗਿਆ, ਕਿ ਉਸ ਗ੍ਰਾਂਟ ਦਾ ਕੁਝ ਹਿੱਸਾ ਇਸ ਪਰਿਵਾਰ ਦੀ ਜ਼ਿੰਦਗੀ ਸਵਾਰਨ 'ਤੇ ਨਹੀਂ ਲਾਇਆ ਜਾ ਸਕਦਾ ਸੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ TV।